ऑकलैंड अपने कारोबारां नूं खोलण दी तैयारी कर रहा है। उत्थे ही दूजे पासे साउथ ऑकलैंड विच कारोबारी वैक्सीनेशन नूं वधाउण लई काम कर रहे ने। ऑकलैंड सिटी दे मेयर दा कहना है कि लोकां कोल वैक्सीन लगवाउण लई कई मौके ने अते जो वैक्सीन नहीं लगवा रहे उन्हां नूं इस दा भार खुद झलणा पवेगा। ਤੁਹਾਨੂੰ ਇੱਥੇ ਦੱਸ ਦਈਏ ਕਿ ਵੀਰਵਾਰ ਯਾਨੀ 2 ਦਸੰਬਰ ਤੋਂ ਨਿਊਜ਼ੀਲੈਂਡ ਵਿੱਚ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਰੈੱਡ ਟ੍ਰੈਫਿਕ ਲਾਈਟ ਵਿੱਚ ਆਉਣ ਸਮੇਂ ਤਮਾਕੀ ਮਕਾਰਾਊ ਨੂੰ 100 ਦਿਨ ਲੌਕਡਾਊਨ ਵਿੱਚ ਬਿਤਾਉਣੇ ਪੈਣਗੇ। ਮੈਨੂੰ ਕਹੁ ਵਾਰਡ ਕੌਂਸਲਰ ਐਫੀਸੋ ਕੋਲਿੰਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਟ੍ਰੈਫਿਕ ਲਾਈਟ ਦੇ ਮਾਇਨੇ ਕੀ ਨੇ, ਪਰ ਲੋਕ ਇਸ ਗੱਲੋਂ ਜ਼ਰੂਰ ਖੁਸ਼ ਨੇ ਕਿ ਜਲਦ ਹੀ ਚੀਜ਼ਾਂ ਬਦਲਣ ਵਾਲੀਆਂ ਨੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਸਿਰਫ ਵੈਕਸੀਨੇਸ਼ਨ ਰੇਟ ਵਧਾਉਣ ਤੇ ਹੀ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਰੀ ਨੇ ਹਜ਼ਾਰਾਂ ਹੋਰ ਬੱਚਿਆਂ ਨੂੰ ਗਰੀਬੀ ਵੱਲ ਧੱਕ ਦਿੱਤਾ ਹੈ ਅਤੇ ਜਨਤਕ ਸਿਹਤ ਅਧਿਕਾਰੀ ਇਸ ਗੱਲ 'ਤੇ ਜ਼ੋਰ ਦੇ ਰਹੇ ਨੇ ਕਿ ਸਾਊਥ ਆਕਲੈਂਡ ਵਿੱਚ ਹੋਏ ਆਊਟਬ੍ਰੇਕ ਕਾਰਨ ਲੋਕ ਮਾਨਸਿਕ ਤਣਾਅ ਨਾਲ ਜੂਝ ਰਹੇ ਨੇ। ਬਿਊਰੋ ਰਿਪੋਰਟ, ਐਨ ਜ਼ੈੱਡ ਪੰਜਾਬੀ ਨਿਊਜ਼।